ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਲਾਲ ਰੰਗ ਦੇ ਬਟਨ ਨੂੰ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਆਓ ਦੇਖਦੇ ਹਾਂ ਅੱਗੇ ਵੀਡੀਓ ਸਭ ਤੋਂ ਪਹਿਲਾਂ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਜਕੈਰਾ ਲਾਈਏ ਗੁਰੂ ਦੇ ਨਾਮ ਦਾ ਜਿਹਦੇ ਨਾਲ ਸਾਡਾ ਜੋਸ਼ ਹੈ ਜਿਹੜਾ ਮਨੋਵਲ ਹੈ ਉਹ ਵੱਧ ਜਾਂਦਾ ਬੋਲੇ ਸੋਨਹਿ ਰ ਸਾਨ ਮਜ਼ਦੂਰ ਏਕਤਾ ਕਿਸਾਨ ਮਜ਼ਦੂਰ ਏਕਤਾ ਨੌਜਵਾਨ ਏਕਤਾ ਸਯੁਕਤ ਮੋਰਚਾ ਸਭ ਤੋਂ ਪਹਿਲੀ ਜਿਹੜੀ ਸ਼ਰਧਾਂਜਲੀ ਹੈ ਸਾਡੇ ਉਸ ਵੀਰ ਨੂੰ ਹੈ ਉੱਤਰਾਖੰਡ ਵਾਲੇ ਨੂੰ ਨਮਨੀਤ ਨੂੰ ਜਿਹੜਾ 26 ਤਰੀਕ ਨੂੰ ਸ਼ਹੀਦੀ ਪਾ ਗਿਆ ਉਸ ਵੀਰ ਦੇ ਨਾਲ ਜੋ ਤਸ਼ੱਦਦ ਹੋਈ ਤੁਸੀਂ ਸਾਰਿਆਂ ਨੇ ਵੀਡੀਓ ਚ ਦੇਖ ਲਿਆ ਉਹਦੇ ਪੋਸਟਮਾਰਟਮ ਚੋਂ ਇਹ ਆਇਆ ਕਿ ਉਹਦੇ ਸਿਰ 'ਚ ਗੋਲੀ ਵੱਜੀ ਹੈ ਜਿਹਦੇ ਕਾਰਨ ਉਹਦੀ ਮੌਤ ਹੋਈ ਹੈ ਬੱਚਾ ਬੱਚਾ ਮੈਂ ਪਿੱਛੋਂ ਟਰਾਲੀਆਂ ਵੱਲੋਂ ਤੁਰਿਆ ਆ ਰਿਹਾ ਸੀ ਤੇ ਮੈਨੂੰ ਹਰ ਇੱਕ ਬੰਦੇ ਨੇ ਇਹ ਕਿਹਾ ਹੁਣ ਸਾਨੂੰ ਸਮਝਣ ਦੀ ਲੋੜ ਹੈ ਇਹ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਇਹ ਕਿਉਂ ਲਿਆਏ ਗਏ ਨੇ ਅਮਰੀਕਾ ਕੈਨੇਡਾ ਦੇ ਅਧੀਨ ਏਸ਼ੀਆ ਵੀ ਆਉਂਦਾ ਜਿਹੜੇ ਗੋਰੇ ਨੇ ਉਹ ਨਿਤ ਨਵੀਆਂ ਸਕੀਮਾਂ ਨਵੀਆਂ ਸਰਚਾਂ ਕਰਦੇ ਆ ਨਿਊ ਵਰਲਡ ਦੇ ਤੌਰ ਤੇ ਉਹਨਾਂ ਦੀ ਇੱਕ ਆਰਗੇਨਾਈਜ਼ ਬਣੀ ਆ ਜਿੱਥੇ ਉਹਨਾਂ ਨੇ ਨਵੀਆਂ ਨਵੀਆਂ ਚੀਜ਼ਾਂ ਤੇ ਐਕਸਪੈਰੀਮੈਂਟ ਕਰਨੇ ਹੁੰਦੇ ਆ ਉਸੇ ਦੇ ਅਧੀਨ ਹੀ ਇਹ ਕਾਲੇ ਬਿੱਲ ਨੇ ਜਿਹੜੇ ਸਰਕਾਰਾਂ ਬਣਾਉਂਦੀਆਂ ਨੇ ਕਿਉਂਕਿ ਪੂਰੀ ਦੁਨੀਆ ਦੀ ਜਿਹੜੀ ਰਾਜਨੀਤੀ ਹੈ ਉਹਨੂੰ ਕਾਰਪੋਰੇਟ ਚਲਾਉਂਦਾ ਉਹਨੂੰ ਫੰਡਿੰਗ ਵਾਲੇ ਲੋਕ ਚਲਾਉਂਦੇ ਨੇ ਉਹਨੂੰ ਪੈਸੇ ਵਾਲੇ ਲੋਕ ਚਲਾਉਂਦੇ ਨੇ ਇਹ ਗੱਲ ਬਹੁਤ ਵੱਡੇ ਪੱਧਰ ਤੇ ਵੀਰਾਂ ਨੂੰ ਪਤਾ ਹੈ ਸੋ ਸਾਰਾ ਕੁਝ ਪਿੱਛੇ ਸਹੀ ਸਲਾਮਤ ਹੈ ਟਰਾਲੀ ਆ ਜਿਹੜੀ ਕੱਢਣੀ ਸੀ ਕੁਝ ਨਹੀਂ ਹੋਇਆ ਸਾਰਾ ਸ਼ਾਂਤਮਈ ਤਰੀਕੇ ਨਾਲ ਆ ਮੈਂ ਬਸ ਇੱਥੇ ਇੱਕ ਬੇਨਤੀ ਤੁਹਾਨੂੰ ਇਹ ਵੀ ਕਰਨਾ ਚਾਹੁੰਦਾ ਜੇ ਕੋਈ ਮਾੜੀ ਮੋਟੀ ਮਾਨ ਮਟਾਬਤਾ ਕੋਈ ਗੱਲਬਾਤ ਹੋ ਜਾਂਦੀ ਹੈ ਉਹਨੂੰ ਆਪਾਂ ਉੱਥੇ ਹੀ ਦੱਬ ਲਈਏ ਬਾਹਰ ਨਾ ਜਾਣ ਦਈਏ ਕਿਉਂਕਿ ਉਹਦੇ 'ਚ ਆਪਣਾ ਹੀ ਜਲੂਸ ਨਿਕਲਦਾ ਆਪਾਂ ਇੱਥੇ ਆਏ ਆ ਇੱਕਾਂ ਸਭ ਤੋਂ ਵੱਡਾ ਜੇ ਇਸ ਮੋਰਚੇ 'ਚ ਇਸ ਸੰਘਰਸ਼ 'ਚ ਕਿਸਦਾ ਯੋਗਦਾਨ ਹੈ ਤਾਂ ਮੈਨੂੰ ਲੱਗਦਾ ਕਿ ਹਰਿਆਣੇ ਵਾਲੇ ਭਰਾ ਨੇ ਸਾਡੇ ਜਿਨ੍ਹਾਂ ਦਾ ਬਹੁਤ ਵੱਡਾ ਇਸ ਅੰਦੋਲਨ 'ਚ ਪੰਜਾਬ ਨੇ ਸ਼ੁਰੂ ਕੀਤਾ ਰੰਬਿਆ ਹਰਿਆਣਾ ਨਾਲ ਲੈ ਲਿਆ ਇੱਕ ਤੇ ਇੱਕ ਜਿੱਥੇ ਕਹਿ ਦਿੰਦੇ ਨੇ ਸਿਆਣੇ 11 ਉਹਦਾ ਕੰਮ ਹੈ ਹਰਿਆਣੇ ਨੇ ਨਾਲ ਸਾਡੇ ਕੀਤਾ ਸਾਰੇ ਭਰਾਵਾਂ ਨੇ ਡਟ ਕੇ ਚਾਹੇ ਉਹ ਲੰਗਰ ਦੀ ਸੇਵਾ ਚ ਹੋਵੇ ਚਾਹੇ ਪਾਣੀ ਦੀ ਸੇਵਾ ਹੋਵੇ ਚਾਹੇ ਦੁੱਧ ਦੀ ਸੇਵਾ ਹੋਵੇ ਹੁਣ 26 ਤਰੀਕ ਨੂੰ ਵੀ ਜਦੋਂ ਅਸੀਂ ਗਏ ਆ ਸ਼ਾਮ ਨੂੰ ਤਾਂ ਅਧੀਆਂ ਟਰਾਲੀਆਂ ਤਾਂ ਉਹ ਸੀ ਜਿਹੜੀਆਂ 26 ਤਰੀਕ ਨੂੰ ਹੀ ਵਾਪਸ ਆ ਗਈਆਂ ਜਦੋਂ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਜੋ ਵੀ ਇੱਥੇ ਹੋਇਆ ਪਹਿਲਾਂ ਸਰਕਾਰਾਂ ਨੇ ਬੇਸਿੱਟਾ ਮੀਟਿੰਗਾਂ ਕਰ ਕਰਕੇ ਸਾਡਾ ਮਨੋਬਲ ਤੋੜਿਆ ਵੀ ਇਹ ਉਹ ਆਪ ਹੀ ਆਪ ਉੱਠ ਜਾਣਗੇ ਸਾਡਾ ਸਬਰ ਪਰਖਦੇ ਰਹੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਇੱਕ ਲੰਬਾ ਇਤਿਹਾਸ ਹੈ ਸਾਡੇ ਗੁਰੂਆਂ ਨੇ ਐਡੀਆਂ ਕੁਰਬਾਨੀਆਂ ਦਿੱਤੀਆਂ ਨੇ ਐਡੀਆਂ ਸਾਡੇ ਤੇ ਤਸ਼ੱਦਦਾਂ ਹੋਈਆਂ ਨੇ ਪਰ ਸਾਡੇ ਮੂੰਹੋਂ ਕਦੇ ਸੀ ਨਹੀਂ ਨਿਕਲਿਆ ਗੁਰੂ ਮਹਾਰਾਜ ਦਾ ਸਿਮਰਨ ਚੱਲਦਾ ਰਿਹਾ ਜਿੱਥੇ ਸਾਡੀਆਂ ਬੀਬੀਆਂ ਨੇ ਆਪਦੇ ਬੱਚੇ ਕਟਵਾ ਕਟਵਾ ਕੇ ਜਲਾਦਾਂ ਤੋਂ ਗੋਦੀਆਂ ਚ ਝੋਲੀਆਂ ਚ ਪੁਆਏ ਨੇ ਅਸੀਂ ਉਸ ਕੌਮ ਦੇ ਵਾਰਸਾਂ ਬੇਸ਼ੱਕ ਚਾਹੇ ਅੱਜ ਸਾਡੇ ਜਿਹੜੇ ਭੇਸ ਨੇ ਉਹ ਬਦਲ ਚੁੱਕੇ ਨੇ ਪਰ ਸਾਡੀ ਜਿਹੜੀ ਖਾਨਦਾਨੀ ਆ ਜਿਹੜਾ ਸਾਡਾ ਖੂਨ ਹੈ ਸਾਡਾ ਉਹੀ ਹੈ ਜਦੋਂ ਜਦੋਂ ਵੀ ਕਿਸੇ ਜ਼ਾਲਮ ਨੇ ਬਾਹਰੋਂ ਆ ਕੇ ਵਾਰ ਕੀਤਾ ਇਹ ਇਤਿਹਾਸ ਦੁਹਰਾਉਂਦਾ ਹੈ ਕਿ ਅਸੀਂ ਇੱਕ ਹੋਏ ਹਾਂ ਇਕੱਠੇ ਹੋ ਕੇ ਲੜੇ ਹਾਂ ਇਹਨਾਂ ਬਿਲਾਂ ਦੇ ਖਿਲਾਫ ਵੀ ਸਭ ਤੋਂ ਪਹਿਲੀ ਜਿਹੜੀ ਜੰਗ ਹੈ ਉਹ ਪੰਜਾਬ ਨੇ ਸ਼ੁਰੂ ਕੀਤੀ ਸੀ ਤੇ ਅੱਜ ਪੂਰੇ ਭਾਰਤ ਨੂੰ ਆਪਣੇ ਨਾਲ ਸਮੇਟ ਲਿਆ ਹਰ ਇੱਕ ਬਾਰਡਰ ਤੇ ਹਰ ਇੱਕ ਸਟੇਟ ਚ ਇਹਨਾਂ ਬਿੱਲਾਂ ਦੀ ਗੱਲ ਹੁੰਦੀ ਹੈ ਐਮਐਸਪੀ ਤੇ ਪੱਕਾ ਕਾਨੂੰਨ ਹੈ ਜਿਹੜਾ ਉਹ ਕਰਵਾ ਕੇ ਜਾਵਾਂਗੇ ਤੇ ਇਹਨਾਂ ਕਾਲੇ ਬਿੱਲਾਂ ਨੂੰ ਰੱਦ ਕਰਵਾ ਕੇ ਜਾਵਾਂਗੇ ਹੁਣ ਜੋ ਜੋ ਇਸ ਮੋਰਚੇ ਚ ਵਾਪਰੇ ਆ 2 ਮਹੀਨੇ ਤੋਂ ਲਗਾਤਾਰ ਇੱਥੇ ਡਟੇ ਹੋਏ ਆ 150 ਤੋਂ ਉੱਤੇ ਸ਼ਹੀਦੀਆਂ ਸਾਡੀਆਂ ਹੋ ਚੁੱਕੀਆਂ ਨੇ ਸਾਡੇ ਭਰਾ ਨੇ ਜਿਹੜੇ ਗਏ ਨੇ ਛੋਟੇ ਵੀਰ ਗਏ ਨੇ ਸਾਡੇ ਬਜ਼ੁਰਗ ਗਏ ਨੇ ਲਗਾਤਾਰ ਪਰ ਫਿਰ ਵੀ ਅਸੀਂ ਡਟੇ ਹੋਏ ਆ 26 ਤਰੀਕ ਆ ਗਈ ਕਿਸਾਨ ਪਰੇਟ ਜਿਹੜੀ ਕਰਨੀ ਸੀ ਉਹ ਆ ਗਈ। ਉਦੋਂ ਬਾਅਦ ਚ ਕੀ ਹੋਇਆ ਤੁਹਾਨੂੰ ਸਾਰਿਆਂ ਨੂੰ ਬਹੁਤ ਚੰਗੇ ਤਰੀਕੇ ਨਾਲ ਤੁਸੀਂ ਜਾਣੂ ਹੋ। ਉਦੋਂ ਪਹਿਲਾਂ ਗਵਰਨਮੈਂਟ ਕੋਲੇ ਇੱਕ ਵੀ ਕਲੂ ਨਹੀਂ ਸੀਗਾ ਸਾਡਾ। ਇੱਕ ਉਂਗਲ ਨਹੀਂ ਸਾਡੇ ਤੇ ਚੱਕ ਸਕਦੀ ਸੀ। ਚੱਕ ਉਹ ਹੁਣ ਵੀ ਨਹੀਂ ਸਕਦੇ ਸੀ। ਹੁਣ ਉਹਨਾਂ ਨੂੰ ਸਾਡਾ ਲਾਲ ਕਿਲੇ ਤੇ ਚੜਾਇਆ ਹੋਇਆ ਨਿਸ਼ਾਨ ਸਾਹਿਬ ਦੇਖ ਗਿਆ। ਸਾਡਾ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੜਾਇਆ ਹੋਇਆ ਦਿਖ ਗਿਆ ਪਰ ਜਿਹੜੇ ਲੱਖਾਂ ਕਿਸਾਨ ਉਥੇ ਤਿਰੰਗਾ ਝੰਡਾ ਲੈ ਕੇ ਗਏ ਨੇ ਉਹਨਾਂ ਨੂੰ ਉਹ ਨਹੀਂ ਦਿਖਿਆ ਮੀਡੀਆ ਦੀਆਂ ਉਹ ਵੀਡੀਓ ਵਾਇਰਲਾਂ ਹੋ ਗਈਆਂ ਜਿਹੜੀਆਂ ਵੀਡੀਓ ਇਧਰ ਤਸ਼ੱਦਦ ਕਰ ਰਹੀ ਆ ਪੁਲਿਸ ਸਾਡੇ ਭਰਾਵਾਂ ਦੇ ਤੇ ਉਹ ਕੈਮਰੇ ਵਾਲਾ ਕਹਿ ਰਿਹਾ ਨਹੀਂ ਨਹੀਂ ਇਹ ਨਹੀਂ ਬਣਾਏਗੇ ਉਧਰ ਜੋ ਕਿਸਾਨ ਲੜ ਰਹੇ ਹੈ ਪੁਲਿਸ ਕੇ ਸਾਥ ਉਹ ਦਿਖਾਓ ਮੀਡੀਆ ਦੀ ਜਿਹੜੀ ਇੱਕ ਨੰਗੀ ਤਸਵੀਰ ਹੈ ਉਹ ਪੂਰੀ ਦੁਨੀਆ ਸਾਹਮਣੇ ਆ ਗਈ ਕਿ ਬਕਾਊ ਮੀਡੀਆ ਜਿਹਨੂੰ ਗੋਦੀ ਮੀਡੀਆ ਕਹਿ ਦਿੱਤਾ ਜਾਂਦਾ ਹੈ ਮੈਂ ਇਥੋਂ ਉਸ ਮੀਡੀਆ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਤੁਸੀਂ ਆਪਦੇ ਜਵਾਕਾਂ ਦੀਆਂ ਅੱਖਾਂ ਚੱਖਾਂ ਪਾ ਕੇ ਦੇਖੋਗੇ ਤਾਂ ਤੁਹਾਡਾ ਜਿਹੜਾ ਅੰਦਰ ਹੈ ਝੰਡੋੜਿਆ ਜਾਊਗਾ ਕੱਲ ਨੂੰ ਅੱਜ ਤੋਂ ਅੱਜ ਤਾਂ ਚਲੋ ਅਸੀਂ ਇਹ ਲੜਾਈ ਅੱਜ ਨਹੀਂ ਤਾਂ 2 ਮਹੀਨੇ ਨੂੰ ਜੋਤੀ ਲਵਾਂਗੇ ਜਿੱਤ ਲਵਾਂਗੇ ਪਰ ਜਦੋਂ ਤੁਹਾਡੇ ਜਵਾਕ ਵੱਡੇ ਹੋਣਗੇ ਤਾਂ ਤੁਹਾਨੂੰ ਪੁੱਛਣਗੇ ਇਤਿਹਾਸ ਲਿਖਿਆ ਜਾਊਗਾ ਕਿ ਤੁਸੀਂ ਕਿਹੜਾ ਰੋਲ ਨਿਭਾਇਆ ਤਾਂ ਉਹਨਾਂ ਲੋਕਾਂ ਨੂੰ ਸ਼ਰਮ ਆਊਗੀ ਹੁਣ ਵੱਡੀ ਗੱਲ ਜਿਹੜੀ ਪਿਛਲੇ 2 ਦਿਨਾਂ ਤੋਂ ਸਾਨੂੰ ਬਹੁਤ ਬਾਹਰਲੇ ਮੁਲਕਾਂ ਤੋਂ ਵੀ ਫੋਨ ਆ ਰਹੇ ਆ ਇੱਥੇ ਵੀ ਲਗਾਤਾਰ ਗੱਲ ਹੋ ਰਹੀ ਹੈ ਜਦੋਂ ਮੈਂ ਆਇਆ ਵੀ ਹਾਂ ਉਦੋਂ ਵੀ ਸਾਰੇ ਵੀਰਾਂ ਦੇ ਮੂੰਹ ਤੇ ਇੱਕੋ ਹੀ ਗੱਲ ਹੈ ਜਿਹੜੀ ਸਾਡੀ ਜਿੱਦਾਂ ਇਹ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣਾ ਇੱਕ ਮੰਗ ਬਣੀ ਹੋਈ ਹੈ ਓਵੇਂ ਹੀ ਹੁਣ ਸਾਡੀ ਇੱਕ ਉਹ ਮੰਗ ਬਣੀ ਹੈ ਕਿ ਜਿਹੜੇ ਸਾਡੇ ਭਰਾ 26 ਤਰੀਕ ਨੂੰ ਅੰਦੋਲਨ ਕਰਨ ਗਏ ਸੀ ਉਹਨਾਂ ਚੋਂ ਕੋਈ ਕਹਿੰਦਾ 164 ਹੈ ਕੋਈ ਕਹਿੰਦਾ 250 ਹੈ ਜਿੰਨੇ ਵੀ ਨੇ ਜਿਹੜੇ ਨਹੀਂ ਵਾਪਸ ਆਏ ਜਿਹੜੇ ਤਿਹਾਰ ਜੇਲ੍ਹ ਚ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਉਹ ਪੰਜਾਬ ਦਾ ਉਹ ਐਸ਼ਾ ਉਹ ਪੰਜਾਬ ਦਾ ਫਿਊਚਰ ਹੈ ਉਹਨਾਂ ਨੇ ਅੱਗੇ ਆ ਕੇ ਇਨਕਲਾਬ ਦੀ ਲੜਾਈ ਲੜਨੀ ਹੈ ਉਹਨਾਂ ਨੂੰ ਜ਼ਰੂਰ ਛਡਾਇਆ ਜਾਵੇ ਕੋਈ ਕਮੇਟੀ ਇਦਾਂ ਦੀ ਬਣਾ ਲੱਤੀ ਜਾਵੇ ਜਿਹੜੀ ਸਰਕਾਰ ਨਾਲ ਗੱਲ ਕਰੇ ਉਹਨਾਂ ਨੂੰ ਜ਼ਰੂਰ ਛਡਾਇਆ ਜਾਵੇ ਤੁਹਾਡੇ ਕੋਲ ਕਿਸੇ ਦਾ ਵੀ ਕੋਈ ਨੰਬਰ ਤੁਹਾਨੂੰ ਉਹਨਾਂ ਦਾ ਮਿਲਦਾ ਤਾਂ ਜ਼ਰੂਰ ਤੁਸੀਂ ਇੱਥੇ ਲਿਖਾਓ ਸਾਡੀ ਸਾਰੇ ਕਲਾਕਾਰ ਭਰਾਵਾਂ ਦੀ ਗੱਲਬਾਤ ਹੋ ਚੁੱਕੀ ਹੈ ਸਾਡੇ ਤੋਂ ਸਾਡਾ ਸਮਰਥਨ ਹੈ ਪ੍ਰੋਪਰ ਤੌਰ ਤੇ ਜੋ ਸਾਡੇ ਤੋਂ ਸਰਦਾ ਵਰਦਾ ਹੋਇਆ ਅਸੀਂ ਉਹਨਾਂ ਉਹ ਵੀਰਾਂ ਲਈ ਕਰਾਂਗੇ ਕਿਉਂਕਿ ਜਿਹੜੀ ਮਾਂ ਦਾ ਪੁੱਤ ਅੰਦੋਲਨ ਤੇ ਆਇਆ ਤੇ ਉਹ ਘਰੇ ਨਹੀਂ ਗਿਆ ਉਸ ਮਾਂ ਦੇ ਦਿਲ ਤੇ ਕੀ ਬੀਤਦੀ ਹੈ ਉਹ ਮਾਂ ਹੀ ਜਾਣਦੀ ਹੈ ਕਿਉਂਕਿ ਜ਼ਮੀਨਾਂ ਵੀ ਪੁੱਤਾਂ ਦੇ ਨਾਲ ਹੀ ਨੇ ਮਾਪਿਆਂ ਦੇ ਨਾਲ ਹੀ ਨੇ ਜਿਹੜੇ ਸਾਡੇ ਫਿਊਚਰ ਹੈ ਜਿਹੜਾ ਸਾਡਾ ਆਉਣ ਵਾਲਾ ਭੂਇਸ਼ਾ ਹੈ ਉਹ ਵੀ ਸਾਡੇ ਜਵਾਕਾਂ ਕਰਕੇ ਹੀ ਹੈ ਜੇ ਸਾਡੇ ਜਵਾਕਾਂ ਨੂੰ ਹੀ ਗਵਰਨਮੈਂਟ ਚਾਰ-ਚਾਰ ਪਰਚੇ ਪਾ ਕੇ ਤਿਹਾਰ ਜੇਲ੍ਹ ਚ ਤਾੜ ਦੂਗੀ ਤਾਂ ਪਿੱਛੇ ਵੀ ਕੀ ਰਹਿ ਜਾਊਗਾ ਸੋ ਸਟ੍ਰਿਕਟਨੈਸ ਨਾਲ ਮੈਂ ਅਪੀਲ ਕਰਦਾ ਬੇਨਤੀ ਕਰਦਾ ਕਿ ਉਹਨਾਂ ਵੀਰਾਂ ਬਾਰੇ ਜਰੂਰ ਸੋਚਿਆ ਜਾਵੇ ਜਿਹਨੂੰ ਵੀ ਕੋਈ ਉਗਸੁਗ ਮਿਲਦੀ ਹੈ ਕਿ ਉੱਥੇ ਦੋ ਮੁੰਡੇ ਫੜੇ ਹੋਏ ਆ ਪੁਲਿਸ ਨੇ ਜ਼ਰੂਰ ਆ ਕੇ ਇਹਨਾਂ ਨੂੰ ਦੱਸੋ ਤਾਂ ਉਹਨਾਂ ਵੀਰਾਂ ਨੂੰ ਛਡਾਈਏ ਪਿੱਛੋਂ ਇੱਕ ਨੌਜਵਾਨ ਨੇ ਮੈਨੂੰ ਦੱਸਿਆ ਕਿ 10 ਦਿਨ ਹੋ ਗਏ ਜੀ ਮੈਨੂੰ ਇੱਥੇ ਆਏ ਨੂੰ ਪੌਪਕੋਨਾਂ ਦਾ ਲੰਗਰ ਲਾਇਆ ਪਿਛਲੇ ਪਾਸੇ ਉਹ ਕਹਿੰਦਾ ਜੀ ਮੇਰੀ ਅੱਖਾਂ ਸਾਹਮਣੇ ਪੰਜ ਮੁੰਡੇ ਪਿਛਲੇ ਪਾਸੇ ਉਹ ਬਾਹਰ ਗਏ ਆ ਉਹਨਾਂ ਤੇ ਕੋਈ ਨਾ ਜੀ ਕੋਈ ਨਾ ਗੀਤ ਵੀ ਸ਼ੁਰੂ ਕਰ ਲਾਂਗੇ ਦੋ ਗੱਲਾਂ ਕਰ ਲੈਣ ਦੋ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਪੂ ਜੀ ਗੀਤ ਵੀ ਸੁਣਾ ਕੇ ਜਾਵਾਂਗੇ ਪਰ ਜਿਹੜੀ ਜਦੋਂ ਸੀ ਆਉਨੇ ਆ ਨੌਜਵਾਨੀ ਆ ਜਦੋਂ ਪਿੱਛੋਂ ਲੈ ਕੇ ਆਉਨੇ ਆ ਉਹ ਨੌਜਵਾਨ ਵੱਡੇ ਪੱਧਰ 'ਚ ਸਾਨੂੰ ਸਵਾਲ ਕਰਦੇ ਆ ਵੀ ਬਾਈ ਜੀ ਜਾ ਕੇ ਸਟੇਜਾਂ ਤੋਂ ਆ ਗੱਲਾਂ ਜ਼ਰੂਰ ਬੋਲਿਓ ਸੋ ਅਸੀਂ ਤਾਂ ਉਹਨਾਂ ਦੀ ਗੱਲ ਕਰਨ ਆਏ ਆ ਇੱਥੇ ਤਾਂ ਉਹ ਵੀਰ ਜਿਹੜੇ ਚੱਕੇ ਗਏ ਨੇ ਉਹਨਾਂ ਦੀ ਵੀ ਕੋਈ ਉਗਸੁਗ ਹੈ ਜਿਹੜੀ ਜ਼ਰੂਰ ਇੱਥੇ ਪਤਾ ਤੁਸੀਂ ਕਰਿਓ ਵੀ ਉਹਨਾਂ ਦਾ ਕੀ ਬਣਿਆ ਕਿਉਂਕਿ ਜਾਦਾ ਵੱਡੇ ਪੱਧਰ ਤੇ ਵੀਰਾਂ ਦਾ ਇਹ ਰੋਸ ਰਿਹਾ ਕਿ ਪੱਗਾਂ ਵਾਲਿਆਂ ਤੇ ਵਾਰ ਕਰਦੇ ਆ ਪੁਲਿਸ ਵੀ ਉਹਨਾਂ ਦੇ ਨਾਲ ਰਲਈ ਹੋਈ ਹੈ ਲਗਾਤਾਰ ਜੇ ਕੋਈ ਪੱਗ ਵਾਲਾ ਦਿਖ ਜਾਂਦਾ ਤੁਸੀਂ ਪਿਛਲੇ ਦਿਨਾਂ 'ਚ ਵੀਡੀਓ ਦੇਖਿਆ ਇਹਨੇ ਸਾਰਿਆਂ ਨੇ ਵੀ ਕੀ ਕੁਝ ਹੋਇਆ ਪਰ ਮੈਂ ਬਸ ਇੰਨਾ ਹੀ ਤੁਹਾਨੂੰ ਕਹੂੰਗਾ ਕਿ ਆਪਾਂ ਡਟ ਕੇ ਲੜਨਾ ਹੈ ਸਾਡੇ ਵੱਲੋਂ ਨੌਜਵਾਨੀ ਵੱਲੋਂ ਕਈ ਵਾਰੀ ਨੌਜਵਾਨੀ ਨੂੰ ਤੱਤੀ ਗੱਲ ਚੰਗੀ ਲੱਗਦੀ ਹੈ ਮੇਰੇ ਵੀ ਕਈ ਸਾਥੀ ਨੇ ਮੈਨੂੰ ਜਾ ਕੇ ਕਹਿੰਦੇ ਆ ਬਾਈ ਵੀ ਤੂੰ ਥੋੜਾ ਜਿਆਦਾ ਜ਼ਿਆਦੇ ਤੱਤੀਆਂ ਸਪੀਚਾਂ ਦਿਆ ਕਰ ਬੋਲਿਆ ਕਰ ਪਰ ਬਸ ਇੱਥੇ ਮੈਂ ਇਹੀ ਕਹਿਣਾ ਜਾਊਂਗਾ ਜਿਹੜੀ ਤੱਤੀ ਗੱਲ ਹੈ ਦੋ ਕੜੀ ਘੱਟ ਟਾਈਮ ਲਈ ਉਹ ਤੁਹਾਨੂੰ ਚੰਗੀ ਜ਼ਰੂਰ ਲੱਗੂਗੀ ਪਰ ਜਿਹੜਾ ਉਹਦਾ ਆਉਣ ਵਾਲਾ ਨਤੀਜਾ ਉਹ ਬਹੁਤ ਭਿਆਨਕ ਹੁੰਦਾ ਹੈ ਸੋ ਸੰਜਮ ਨਾਲ ਚੱਲਣਾ ਹੈ ਸ਼ਾਂਤੀ ਨਾਲ ਚੱਲਣਾ ਹੈ ਏਕੇ ਨਾਲ ਚੱਲਣਾ ਹੈ ਏਕੇ 'ਚ ਹੀ ਸਾਡੀ ਜਿੱਤ ਹੈ ਜਥੇਬੰਦੀਆਂ ਇਹ ਸੰਘਰਸ਼ ਇੱਥੇ ਤੱਕ ਲੈ ਕੇ ਆਈਆਂ ਨੇ ਬੜੀ ਸੂਝ-ਬੂਝ ਨਾਲ ਚੱਲ ਰਹੀਆਂ ਨੇ ਸਭ ਦਾ ਇੱਕ ਹੈ ਅਸੀਂ ਇਹਨਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ ਗੁਰੂ ਮਹਾਰਾਜ ਅੱਗੇ ਕਿ ਇਹਨਾਂ ਬਾਬਿਆਂ ਨੂੰ ਵੈਗੁਰੂ ਚੜ੍ਹਦੀ ਕਲਾ 'ਚ ਰੱਖੇ ਲਗਾਤਾਰ ਇਹ ਸਾਡੀ ਲੜਾਈ ਲੜਦੇ ਆ ਰਹੇ ਨੇ ਸੋ ਜਾਂਦਾ ਜਾਂਦਾ ਸਾਡਾ ਇੱਕ ਗੀਤ ਕਿਸਾਨਾਂ ਇੰਥੋਂ ਆਇਆ ਸੀ ਜਿਦੇਚ ਅਸੀਂ ਜੋ ਕਿਸਾਨ ਮੋਰਚੇ ਚ ਹੋਇਆ ਸਾਰਾ ਕੁਝ ਬਿਆਨ ਕੀਤਾ ਸੀ ਉਹਦੇ ਪਿੱਛੇ ਸਾਨੂੰ ਬੜੇ ਤਸ਼ੱਦਦ ਵੀ ਚੱਲਣੇ ਪਏ ਚਾਹੇ ਉਹ ਸਾਡਾ ਗੋਣੇ ਵਾਲਾ ਭਰਾ ਸੀਗਾ ਉਹਨੂੰ ਚੱਕਿਆ ਗਿਆ ਲਗਾਤਾਰ ਸਰਕਾਰਾਂ ਦੇ ਪ੍ਰੈਸ਼ਰ ਆਏ ਨੇ ਪਰ ਅਸੀਂ ਕਿਸਾਨ ਐਨਥਮ 2 ਤੁਹਾਡੇ ਲਈ ਲੈ ਕੇ ਆ ਰਹੇ ਹਾਂ ਜਿਦੇਚ ਜੋ ਹੁਣ ਤੱਕ ਹੋਇਆ ਉਹਨੂੰ ਬਿਆਨ ਕੀਤਾ ਗਿਆ ਸੋ ਜਾਂਦਾ ਜਾਂਦਾ ਮੈਂ ਕਿਸਾਨ ਐਨਥਮ ਦੀਆਂ ਦੋ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਕੇ ਜਾਊਂਗਾ ਸਾਨੂੰ ਦਿਖਾਉਂਦੀ ਅੱਖਾਂ ਦਿੱਲੀਏ ਚੰਗਾ ਨਹੀਂ ਸਲੀਕਾ ਹੋ ਵਿੱਚ ਕੈਨੇਡਾ ਝੂਲਣ ਝੰਡੇ ਮੰਗਦਾ ਸਾਥ ਅਮਰੀਕਾ ਯੂਪੀਐਮਪੀ ਰਾਜਸਥਾਨ ਹਰਿਆਣਾ ਵੀ ਰਹਿ ਨਿਕਾ ਅੱਜੇ ਤਾਂ ਸਾਡੇ ਬਾਬੇ ਆਏ ਸੀ ਅੱਜੇ ਤਾਂ ਕੱਲੇ ਬਾਪੂ ਆਏ ਸੀ ਸੈਂਟਰ ਤੱਕ ਪੈ ਗਈਆਂ ਚੀਕਾਂ ਅੱਜੇ ਤਾਂ ਕੱਲੇ ਬਾਬੇ ਆਏ ਸੀ ਸਭ ਰਾਜਾਂ ਪਿੱਛੇ ਬੈਰੀਗੇਟ ਪਾਏ ਹੋਏ ਨੇ ਜੱਟ ਨਹੀਂ ਪੰਜਾਬੋਂ ਇਹ ਆਏ ਹੋਏ ਨੇ ਵਿਕ ਗਿਆ ਪਾਵੇਂ ਇੰਡੀਆ ਦਾ মিডিਆ ਵਿਕ ਗਿਆ ਪਾਵੇਂ ਇੰਡੀਆ ਦਾ মিডিਆ ਹੋ ਬੀਬੀਸੀ ਦੇ ਉੱਤੇ ਵੇਖ ਛਾਏ ਹੋਏ ਨੇ ਸਭ ਰਾਜਾਂ ਪਿੱਛੇ ਬੈਰੀਗੇਟ ਪਾਏ ਹੋਏ ਨੇ ਸੋ ਏਕਾ ਬਣਾ ਕੇ ਰੱਖਿਓ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਕਿ ਸੰਜਮ ਰੱਖਿਓ ਸ਼ਾਂਤੀ ਰੱਖਿਓ ਜਥੇਬੰਦੀਆਂ ਜੋ ਵੀ ਹਕਮ ਕਰਦੀਆਂ ਨੇ ਆਪਾਂ ਇਹਨਾਂ ਦੇ ਨਾਲ ਰਲ ਕੇ ਚੱਲਣਾ ਹੈ ਜਾਂ ਆਪਣੇ ਚ ਚੱਲਣਾ ਹੈ ਜੀ ਜਿਹੜੀ ਵੱਡੀ ਗੱਲ ਹੈ ਚਾਹੇ ਦੁਨੀਆ ਦਾ ਕੋਈ ਵੀ ਮੁਲਕ ਹੋਵੇ ਚਾਹੇ ਕੈਨੇਡਾ ਹੋਵੇ ਉੱਥੇ ਤਾਂ ਸਰਕਾਰਾਂ ਥੋਡੀਆਂ ਬਣਦੀਆਂ ਨੇ ਪਰਸੋਂ ਦੋ ਸਟੂਡੈਂਟ ਭਰਾਵਾਂ ਦਾ ਕੈਨੇਡਾ ਤੋਂ ਮੈਨੂੰ ਫੋਨ ਆਇਆ ਉਹਨਾਂ ਨੇ ਮੈਨੂੰ 300 ਡਾਲਰ ਭੇਜਿਆ ਇਕੱਠਾ ਕਰਕੇ ਜਿਹੜੇ ਸਾਤਰੀਆ ਕਾਲ ਜਿਹੜਿਆਂ ਮੁਲਕਾਂ 'ਚ ਵੀ ਤੁਹਾਡੇ ਜਵਾਕ ਬੈਠੇ ਨੇ ਉਹ ਇਸ ਮੋਰਚੇ ਲਈ ਐਨੇ ਫਿਕਰਮੰਦ ਨੇ ਹਰ ਇੱਕ ਦਿਨ ਮੈਨੂੰ ਫੋਨ ਆਉਂਦੇ ਨੇ ਵੀ ਬਾਈ ਉੱਥੇ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਕਿਸੇ ਚੀਜ਼ ਦੀ ਸਾਨੂੰ ਦੱਸੋ ਜੇ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਅਸੀਂ ਰਲ ਕੇ ਇੱਥੋਂ ਇਕੱਠੇ ਹੋ ਕੇ ਪੈਸੇ ਭੇਜਦੇ ਹਾਂ ਕੋਈ ਕਮੀ ਨਹੀਂ ਛੱਡੀ ਗੁਰੂ ਨਾਨਕ ਸਾਹਿਬ ਪਾਸ਼ਾ ਦਾ 20 ਦਾ ਲੰਗਰ ਹੈ ਜਿਹੜਾ ਉਹਦੀ ਬਰਕਤ ਹੈ ਜਿਹੜੀ ਅੱਜ ਤੱਕ ਬਰਕਰਾਰ ਹੈ ਅੱਜ ਤੱਕ ਨਹੀਂ ਮੁੱਕੀ ਲੰਗਰਾਂ 'ਚ ਕਿਸੇ ਵੀ ਕਿਸਮ ਦਾ ਘਾਟਾ ਨਹੀਂ ਤੇ ਲੰਗਰ ਕੱਲੇ ਮੋਰਚੇ 'ਚ ਨਹੀਂ ਜਦੋਂ ਅਸੀਂ ਮੋਹਾਲੀ ਤੋਂ ਚੱਲ ਪੈਨੇ ਆਂ ਉਥੋਂ ਹੀ ਲੰਗਰ ਸ਼ੁਰੂ ਹੋ ਜਾਂਦੇ ਨੇ ਸੋ ਸਾਰੇ ਮੁਲਕਾਂ 'ਚ ਜਿੰਨੇ ਵੀ ਭਰਾ ਬੈਠੇ ਨੇ ਫਿਕਰਮੰਦ ਨੇ ਇਸ ਮੋਰਚੇ ਲਈ ਚਾਹੇ ਉਹ ਫੋਨਾਂ 'ਤੇ ਹਾਲਚਲ ਪੁੱਛਦੇ ਨੇ ਚਾਹੇ ਇੰਟਰਨੈਟ ਦੇ ਮਾਧਿਅਮ ਰਾਹੀਂ ਪੁੱਛਦੇ ਨੇ ਤਾਂ ਬਸ ਤੁਸੀਂ ਉਹਨਾਂ ਨੂੰ ਹੌਸਲਾ ਦਿਆ ਕਰੋ ਕਿ ਅਸੀਂ ਚੜ੍ਹਦੀ ਕਲਾ 'ਚ ਸੰਜਮ ਨਹੀਂ ਤੋੜਨਾ ਬڑے ਵੀਰਾਂ ਨੇ ਮੈਨੂੰ ਕਿਹਾ ਕਿ 26-27 ਤਰੀਕ ਨੂੰ ਦੋ ਦਿਨ ਸੀ ਜਿਹੜੇ ਬੜੇ ਸਾਡੇ ਤੇ ਭਿਆਨਕ ਸੀ ਕਿਉਂਕਿ ਜੋ-ਜੋ ਕੁਝ ਇੱਥੇ ਹੋਇਆ ਬੀਜੇਪੀ ਨੇ ਆਪਦੇ ਗੁੰਡੇ ਭੇਜੇ ਆਲੇ-ਦਾਲੇ ਪਿੰਡਾਂ 'ਚ ਪੈਸੇ ਵੰਡੇ ਗਏ ਕਿਉਂਕਿ ਦੋ ਮਹੀਨੇ ਤੋਂ ਅਸੀਂ ਇੱਥੇ ਬੈਠੇ ਆ ਜਿਹੜੇ ਨੇੜੇ-ਤੇੜੇ ਦੇ ਪਿੰਡਾਂ ਵਾਲੇ ਨੇ ਇਹਨਾਂ ਦਾ ਸਾਡੇ ਨਾਲ ਭਾਈਚਾਰਕ ਸਾਂਝ ਵਧੀ ਹੈ ਇਹਨਾਂ ਨੇ ਕਿਹਾ ਕਿ ਅੱਜ ਤੱਕ ਅਸੀਂ ਐਸੇ ਲੋਕ ਨਹੀਂ ਦੇਖੇ ਜਿਹੜੇ ਸਾਨੂੰ ਖਾਣ ਨੂੰ ਰੋਟੀ ਵੀ ਦਿੰਦੇ ਨੇ ਤੇ ਇੱਜ਼ਤ ਵੀ ਦਿੰਦੇ ਨੇ ਪਰ 26 ਤੋਂ ਬਾਅਦ ਇਹਨਾਂ ਪਿੰਡਾਂ 'ਚ ਪੈਸੇ ਵੰਡੇ ਗਏ ਤੇ ਇਹਨਾਂ ਨੂੰ ਸਾਡੇ ਖਿਲਾਫ ਭੜਕਾਇਆ ਗਿਆ ਇਹ ਲੋਕ ਪਰ ਆਏ ਕਿਹੜੇ ਉਹ ਬੀਜੇਪੀ ਦੇ ਗੁੰਡੇ ਜਿਨ੍ਹਾਂ ਨੂੰ ਤੁਸੀਂ ਨੰਗੇ ਕਰਤਾ ਜਿਨ੍ਹਾਂ ਦੀਆਂ ਫੋਟੋਆਂ ਇੱਥੇ ਬੈਨਰਾਂ ਤੇ ਲੱਗੀਆਂ ਹੋਈਆਂ ਨੇ ਸਰਕਾਰੀ ਇਲੈਕਸ਼ਨਾਂ ਲੜੇ ਹੋਏ ਨੇ ਆਪਦੇ ਬੰਦੇ ਲੈ ਕੇ ਆਏ ਹੁਣ ਕਰਨ ਨੂੰ ਅਸੀਂ ਕੀ ਨਹੀਂ ਕਰ ਸਕਦੇ ਆ ਕੇ ਸਾਨੂੰ ਉਹ ਪ੍ਰਕੋਪ ਕਰਦੇ ਨੇ ਭੜਕਾਉਂਦੇ ਨੇ ਲੜਨ ਨੂੰ ਅਸੀਂ ਕੀ ਨਹੀਂ ਲੜ ਸਕਦੇ ਲੜ ਸਕਦੇ ਆ ਅਸੀਂ ਉਸ ਕੌਮ ਦੇ ਵਾਰਿਸ ਆ ਜਿਹੜੇ ਸਵਾ ਲੱਖ ਨਾਲ ਇੱਕ ਇੱਕ ਲੜਦੇ ਸੀ ਪਰ ਸਾਨੂੰ ਸਾਥਰੀਆ ਕਾ ਪਰ ਸਾਨੂੰ ਜਥੇਬੰਦੀਆਂ ਵੱਲੋਂ ਬਹੁਤ ਸਟ੍ਰਿਕਟਲੀ ਇਹ ਗੱਲ ਕਹੀ ਗਈ ਹੈ ਕਿ ਕਿਸੇ ਵੀ ਗੱਲ ਦੇ ਬਹਿਕਾਵੇ ਚ ਨਹੀਂ ਆਉਣਾ ਲੋਕਾਂ ਨੇ ਪ੍ਰਕੋਪ ਕਰਨਾ ਅਸੀਂ ਲੜਾਂਗੇ ਅਸੀਂ ਸ਼ਾਂਤਮਈ ਤਰੀਕੇ ਨਾਲ ਲੜਾਂਗੇ ਸਾਡੇ ਤੇ ਪਥਰਾ ਵੀ ਕਰਦੇ ਨੇ ਅਸੀਂ ਨਹੀਂ ਜਵਾਬ ਦਿੱਤਾ ਤੇ ਨਾ ਦਵਾਂਗੇ ਕਿਉਂਕਿ ਇਹ ਇੱਕ ਨਾਰਾ ਬਣ ਚੁੱਕਿਆ ਵੀ ਜਾਂ ਮਰਾਂਗੇ ਜਾਂ ਜਿੱਤਾਂਗੇ ਅਸੀਂ ਕਦੇ ਵੀ ਇਹ ਨਹੀਂ ਕਿਹਾ ਅਸੀਂ ਮਾਰਾਂਗੇ ਅਸੀਂ ਨਹੀਂ ਮਾਰਾਂ ਮਾਰਨ ਨੂੰ ਕੋਈ ਵੱਡੀ ਗੱਲ ਨਹੀਂ ਸਾਡਾ ਇਤਿਹਾਸ ਗਵਾਹ ਹੈ ਬਹੁਤ ਵੱਡੀਆਂ-ਵੱਡੀਆਂ ਉਹਦੇ ਚ ਜੰਗਾਂ ਨੇ ਅਸੀਂ ਕੀ ਨਹੀਂ ਕੀਤਾ ਸਾਡੇ ਗੁਰੂਆਂ ਨੇ ਪਰ ਅਸੀਂ ਉਹ ਚੀਜ਼ਾਂ ਨਹੀਂ ਕਰਨੀਆਂ ਕਿਉਂਕਿ ਗਵਰਨਮੈਂਟ ਚਾਹੁੰਦੀ ਹੈ ਕਿ ਇਹ ਹੋਰ ਤਾਂ ਉਹਨਾਂ ਕੋਲੇ ਕੋਈ ਕਲੂ ਬਚਿਆ ਨਹੀਂਗਾ ਸਾਡੇ ਪ੍ਰਤੀ ਹੁਣ ਐਂਡ ਤੇ ਆ ਕੇ ਉਹਨਾਂ ਨੂੰ ਐ ਹੋ ਗਿਆ ਵੀ ਅਸੀਂ ਇਹਨਾਂ ਨੂੰ ਖਦੇੜ ਦਈਏ ਲੜ ਕੇ ਚਾਹੇ ਇੱਥੇ ਫੋਰਸ ਭੇਜ ਦਈਏ ਉਹ ਦਿਨ ਵੀ ਉਥੇ ਟਿਕਰੀ ਜੋ ਗਾਜੀਪੁਰ ਬਾਰਡਰ ਤੇ ਹੋਇਆ 200 ਬੰਦਾ ਕੁੱਲ ਰਹਿ ਗਿਆ ਸੀ ਸੋ ਉਹ ਮਹਾਨ ਕਿਸਾਨ ਆਗੂ ਰਕੇਸ਼ ਟਕਹੜ ਇੱਕ ਤਾੜੀ ਉਹਦੇ ਨਾਂ ਤੇ ਜ਼ਰੂਰ ਤੁਸੀਂ ਲਾਓ ਜਿਹਦੇ ਕਰਕੇ ਤਿੰਨੋਂ ਹੀ ਬਾਰਡਰਾਂ ਦੇ ਜਿਹੜੇ ਮੋਰਚੇ ਨੇ ਉਹ ਅੱਜ ਬਰਕਰਾਰ ਨੇ ਨਹੀਂ ਤਾਂ ਜੇ ਇੱਕ ਵੀ ਮੋਰਚਾ ਪੱਟਿਆ ਜਾਂਦਾ ਗਾਜੀਪੁਰ ਕੱਟ ਘਟ ਗਿਆ ਸੀਗਾ ਪਾਣੀ ਦਾ ਕਨੈਕਸ਼ਨ ਵੀ ਕੱਟਦਾ ਲਾਈਟ ਦਾ ਕਨੈਕਸ਼ਨ ਵੀ ਕੱਟਦਾ ਥੋੜੇ ਵੀਰ ਨਮਨੀਤ ਦੇ ਸੰਸਕਾਰ ਤੇ ਚਲੇ ਗਏ ਉਥੇ ਸੰਖਿਆ ਘਟ ਗਈ ਨੌਜਵਾਨ ਵੀਰਾਂ ਦੀ ਆਰਮੀ ਬੁਲਾ ਲਈ ਉਥੇ ਜੇ ਇੱਕ ਮੋਰਚਾ ਪੱਟਿਆ ਜਾਂਦਾ ਤਾਂ ਫੇਰ ਸਾਨੂੰ ਉਹ ਸ਼ਹਿ ਤਿੰਨੇ ਪਾਸਿਓਂ ਖਦੇੜ ਦਿੰਦੇ ਉਹਨਾਂ ਲਈ ਸੌਖਾ ਹੋ ਜਾਂਦਾ ਪਰ ਉਹ ਮਹਾਨ ਯੋद्धा ਉਹਦਾ ਇੱਕ ਇਤਿਹਾਸ ਹੈ ਮਹਿੰਦਰ ਸਿੰਘ ਟਕੈਤ ਉਹਦਾ ਫਾਦਰ ਹੈ ਜਿਹੜੇ ਯੂਪੀ ਵਾਲੇ ਵੀਰ ਨੇ ਉਹਨੂੰ ਚੰਗੀ ਤਰ੍ਹਾਂ ਜਾਣਦੇ ਨੇ ਬਾਬਾ ਡਕੈਤ ਦੇ ਨਾਂ ਤੋਂ ਉਹਨੂੰ ਜਾਣਿਆ ਜਾਂਦਾ। ਉਹ ਕੋਈ ਹੋ ਨਹੀਂ ਸੀਗਾ ਵੀ RAMDEV ਜਿਵੇਂ RAMDEV ਜਿਵੇਂ ਸੁਥਣ ਪਾ ਕੇ ਉੱਥੋਂ ਭੱਜ ਜਾਂਦਾ। ਉਹ ਕਿਸਾਨਾਂ ਦਾ ਹੱਠੀ ਨੇਤਾ ਸੀ, ਸਿਰੜੀ ਨੇਤਾ ਸੀ, ਅਣਖ ਵਾਲਾ ਬੰਦਾ ਸੀ ਉੱਥੇ ਖੜਿਆ ਰਿਹਾ, ਡਟਿਆ ਰਿਹਾ ਤੇ ਅੱਜ ਉਸ ਵੀਰ ਕਰਕੇ ਇਹ ਜਥੇਬੰਦੀਆਂ, ਇਹ ਮੋਰਚੇ ਨੇ ਜਿਹੜੇ ਦੁਬਾਰੇ ਬਰਕਰਾਰ ਨੇ ਸਾਨੂੰ ਆਉਂਦੇ-ਆਉਂਦੇ ਪੰਜਾਬ ਤੋਂ ਬੜੀਆਂ ਟਰਾਲੀਆਂ ਮਿਲਦੀਆਂ ਨੇ। ਬੜੇ ਵੀਰ ਮੁਰਦਦੇ ਨੇ ਜਿਹੜੇ ਪੁੱਛਦੇ ਨੇ ਵੀ ਉੱਥੇ ਮੋਰਚੇ ਦਾ ਕੀ ਹਾਲ ਚਾਲ ਐ। ਪੰਜਾਬ 'ਚ ਜਿਹੜਾ ਪ੍ਰਚਾਰ ਕੀਤਾ ਗਿਆ ਨੈਸ਼ਨਲ মিডিਆ ਨੇ ਕਿ ਉੱਥੇ ਤਾਂ ਜੀ ਦੰਗੇ ਹੋ ਗਏ ਉੱਥੇ ਤਾਂ ਜੀ ਝੜਪ ਹੋ ਗਈ ਆਰਮੀ ਨੇ ਆ ਕੇ ਸਾਰੇ ਮੁੰਡੇ ਆਰਮੀ ਚੱਕ ਚੱਕ ਕੇ ਮੁੰਡਿਆਂ ਨੂੰ ਜੇਲਾਂ ਚ ਕਰੀ ਜਾਂਦੀ ਆ ਮੈਂ ਪੰਜਾਬ ਵਾਲੇ ਵੀਰਾਂ ਨੂੰ ਵੀ মিডিਆ ਦੇ ਮਾਦਰ ਮਾਦਮ ਰਾਹੀਂ ਮੇਰੀ ਗੱਲ ਸੁਣਨਗੇ ਉਹਨਾਂ ਨੂੰ ਵੀ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਵੀਰੇ ਦੁਬਾਰੇ ਆ ਕੇ ਬਾਰਡਰਾਂ ਤੇ ਡਟੋ ਇੱਥੇ ਕੋਈ ਦੰਗੇ ਨਹੀਂ ਸ਼ਾਂਤਮਈ ਤਰੀਕੇ ਨਾਲ ਸਭ ਕੁਝ ਚੱਲ ਰਿਹਾ ਕੋਈ ਐਦਾਂ ਦੀ ਗੱਲਬਾਤ ਨਹੀਂ ਬੜੇ ਬਲਾਰੇ ਨੇ ਜਿਹੜੇ ਸੂਝਬਾਨ ਨੇ ਬੜੇ ਵਿਦਵਾਨ ਨੇ ਉਹ ਤੁਹਾਡੇ ਨਾਲ ਆ ਕੇ ਆਪਣੀਆਂ ਵਿਚਾਰਾਂ ਸਾਂਝੀਆਂ ਕਰਦੇ ਨੇ ਜੀ ਦੀ ਗੱਲ ਚੰਗੀ ਲੱਗਦੀ ਹੈ ਉਹ ਰੱਖ ਲਿਆ ਕਰੋ ਜਿਹਦਾ ਤੁਹਾਨੂੰ ਤਰੀਕਾ ਸਹੀ ਲੱਗਦਾ ਕਿ ਸਾਨੂੰ ਅੰਦੋਲਨ ਚ ਇਸ ਬੰਦੇ ਦਾ ਤਰੀਕਾ ਜਿਹੜਾ ਅੱਗੇ ਜਾਣ ਲਈ ਹੈਲਪ ਕਰੂਗਾ ਉਹਨੂੰ ਐਪਰੀਸ਼ੀਏਟ ਕਰਿਆ ਕਰੋ ਵੱਧ ਤੋਂ ਵੱਧ ਮੌਕਾ ਦਿਆ ਕਰੋ ਅਖੀਰ ਤੇ ਬਸ ਇਹੀ ਕਹਿਣਾ ਕਿ ਏਕਤਾ ਬਣਾਈ ਰੱਖੋ ਸਾਡਾ ਅਸੀਂ ਨੌਜਵਾਨੀ ਨੂੰ ਰਿਪਰੈਜ਼ੈਂਟ ਕਰਦੇ ਆ ਮੇਰੇ ਨੌਜਵਾਨ ਭਰਾ ਖੜੇ ਨੇ ਮੈਂ ਬਾਰ ਬਾਰ ਇਹਨਾਂ ਨੂੰ ਇਹੀ ਗੱਲ ਕਹਿਣਾ ਕਿ ਜਿਹੜੀਆਂ ਤੱਤੀਆਂ ਗੱਲਾਂ ਨੇ ਉਹ ਬੜੀ ਛੇਤੀ ਪ੍ਰਭਾਵਿਤ ਕਰਦੀਆਂ ਨੇ ਬੰਦੇ ਨੂੰ ਪਰ ਜਿਹੜਾ ਸਿਆਣਾ ਬੰਦਾ ਹੁੰਦਾ ਉਹਦੇ ਕੋਲ ਜ਼ਿੰਦਗੀ ਦਾ ਇੱਕ ਲੰਬਾ ਤਜਰਬਾ ਹੁੰਦਾ ਉਹਨੇ ਆਪ ਦੀ ਸਿਆਣਪ ਨਾਲ ਗੱਲ ਕਹਿਣੀ ਹੁੰਦੀ ਆ ਜੋ ਸਾਡੇ ਬਜ਼ੁਰਗ ਆਗੂ ਆਪਾਂ ਇਹਨਾਂ ਨੂੰ ਅੱਗੇ ਲਾਇਆ ਕਹਿ ਰਹੇ ਨੇ ਤੁਸੀਂ ਉਹਨਾਂ ਦੀ ਰਹਿਨਮਾਈ ਹੇਠ ਚੱਲਿਓ ਜੀ ਸੋ ਐਨੀ ਮੈਂ ਗੱਲਬਾਤ ਕਰਦਾ ਹੋਇਆ ਤੁਹਾਡੇ ਤੋਂ ਅੱਗੇ ਲਊਂਗਾ ਸਾਡੇ ਕੋਲੇ ਬੜੇ ਇੱਥੇ ਬਲਾਰੇ ਬੈਠੇ ਨੇ ਜਦ ਤੱਕ ਅਖੀਰ 'ਚ ਹੀ ਕਹੂੰਗਾ ਕਿ ਜਦ ਤੱਕ ਮੋਰਚਾ ਚੱਲੂਗਾ ਖੜੇ ਆ ਜੇ ਮਰਨਾ ਵੀ ਪੈ ਗਿਆ ਤਾਂ ਸਭ ਤੋਂ ਪਹਿਲ ਦੇ ਆਧਾਰ ਤੇ ਆ ਕੇ ਖੜਾਂਗੇ ਪੱਗ ਬਨ ਕੇ ਖੜਾਂਗੇ ਏ ਨਹੀਂ ਹੈਗਾ ਕਿ ਪਿੱਛੇ ਹਟ ਜਾਾਂਗੇ ਪਰ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠਾਂਗੇ ਤੇ ਜਿੱਤਾਂਗੇ ਹਰ ਇੱਕ ਵਰਗ ਪੰਜਾਬ ਦਾ ਡਟਿਆ ਚਾਰ ਸਾਲ ਦੇ ਜਵਾਗ ਤੋਂ ਲੈ ਕੇ ਇੱਕ ਤੁਹਾਡੇ ਨਾਲ ਜਾਂਦਾ ਜਾਂਦਾ ਇੱਕ ਕਿੱਸਾ ਸ਼ੇਅਰ ਕਰ ਜਾਣਾ ਕਿ ਅੱਜ ਦੇ ਆ ਜਿਹੜਾ ਜਨਵਰੀ ਫਰਵਰੀ ਚੱਲਦਾ ਇਹਨਾਂ ਦਿਨਾਂ ਚ ਪੰਜਾਬ ਚ ਬਹੁਤ ਵਿਆਹ ਹੁੰਦੇ ਨੇ ਹੁਣ ਉੱਥੇ ਛੋਟੇ-ਛੋਟੇ ਬੱਚੇ ਜਦੋਂ ਅਸੀਂ ਉਹਨਾਂ ਵਿਆਹਾਂ ਤੇ ਜਾਂਦੇ ਆ ਤਾਂ ਨੋ ਫਾਰਮਰ ਨੋ ਫੂਡ ਦੇ ਬੈਨਰ ਬਣਾ ਕੇ ਲੈ ਕੇ ਆਉਂਦੇ ਨੇ ਉੱਥੇ ਸਿਰਫ ਮੰਚ ਤੇ ਆ ਕੇ ਮੇਰੇ ਤੋਂ ਇੰਨਾ ਟਾਈਮ ਮੰਗਦੇ ਨੇ ਕਿ ਭਾਈ ਇੱਥੇ ਕਿਸਾਨੀ ਦੀ ਗੱਲ ਕਰ ਤੇ ਕਿਸਾਨੀ ਦਾ ਹੀ ਗੀਤਗਾ ਉਹਨਾਂ ਫੰਕਸ਼ਨਾਂ ਤੇ ਵੀ ਗੀਤ ਨੇ ਜਿਹੜੇ ਕਿਸਾਨੀ ਦੇ ਹੀ ਗਾਏ ਜਾਂਦੇ ਨੇ ਉਹ ਬੱਚੇ ਆਪਦੇ ਘਰੋਂ ਪੇਂਟਿੰਗਾਂ ਬਣਾ ਕੇ ਲਿਆਉਂਦੇ ਨੇ ਐਡਾ ਜਿਹੜਾ ਐਡੀ ਸ਼ਿੱਦਤ ਨਾਲ ਪੰਜਾਬ ਲੱਗਿਆ ਹੋਇਆ ਹਰ ਇੱਕ ਵਰਗ ਚਾਹੇ ਉਹ ਬਿਊਰੋਕ੍ਰੇਟ ਨੇ ਅਫਸਰ ਨੇ ਨੌਜਵਾਨ ਨੇ ਬਜ਼ੁਰਗ ਨੇ ਹਰ ਇੱਕ ਬੰਦਾ ਡਟਿਆ ਹੋਇਆ ਤੇ ਮੈਂ ਹਰ ਇੱਕ ਦੀ ਤੰਦਰੁਸਤੀ ਲਈ ਕਾਮਨਾ ਕਰਦਾ ਹਾਂ ਥੋਡੇ ਚੜ੍ਹਦੀ ਕਲਾ ਦੀ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਮਹਾਰਾਜ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਥੋਡੇ ਨਾਲ ਖੜੇ ਆ ਪਹਿਲੇ ਦਿਨ ਤੋਂ ਚੱਲੇ ਸੀ ਅਖੀਰਲੇ ਦਮ ਤੱਕ ਲੜਦੇ ਰਹਾਂਗੇ ਜੇ ਜਾਵਾਂਗੇ ਤਾਂ ਜਿੱਤ ਕੇ ਜਾਵਾਂਗੇ ਜਿੱਤ ਤੋਂ ਬਿਨਾ ਹੋਰ ਸਾਨੂੰ ਕੁਝ ਮਨਜ਼ੂਰ ਨਹੀਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ